ਸਿੰਘ ਨਹੀਂ ਕਹਣਾ ਲੁਚਾ ਲੰਗਾ ਹੈ ਸੁਚਾ ਲੰਗਾ ਨਹੀਂ ਹੈਗਾ ਵੀਡੀਓ ਉਸੇ ਦੀ ਹੈ ਜਨਾਨੀ ਨੂੰ ਉਹਨੇ ਪੈਸੇ ਦਿੱਤੇ ਜਨਾਨੀ ਮੁੱਕਰ ਗਈ ਚੁੱਤੀਆਂ ਐਸਜੀਪੀਸੀ ਮੈਂਬਰ ਦੇ ਵੀ ਵੱਜਣੀਆਂ ਚਾਹੀਦੀਆਂ ਨੇ ਜੇ ਸਖਤ ਕਾਰਵਾਈ ਸੁਖਵੀਰ ਬਾਦਲ ਨੇ ਨਾ ਕੀਤੀ ਪਹਿਲਾਂ 14 ਸ਼ੀਟਾਂ ਆਈਆਂ ਨੇ ਹੁਣ 14 ਬਣੀਆਂ ਆਉਣੀਆਂ ਪੰਜਾਬੀ ਲੋਕ ਚੈਨਲ ਤੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਅੱਜ ਗੱਲ ਕਰਾਂਗੇ ਸੁੱਚਾ ਸਿੰਘ ਲੰਗਾਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵੀ ਰਹੇ ਨੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਵੀ ਰਹੇ ਸੀ ਤੇ ਉਹਨਾਂ ਦੀ ਗੱਲ ਕਰਦੇ ਆਂ ਪਿਛਲੇ ਦਿਨਾਂ ਤੋਂ ਪਿਛਲੇ ਤਕਰੀਬਨ 3 ਸਾਲ ਪਹਿਲਾਂ ਉਹਨਾਂ ਦੀ ਇੱਕ ਸ਼ਰਮਨਾਕ ਘਟਨਾ ਦੀ ਵੀਡੀਓ ਵਾਇਰਲ ਹੋਈ ਜਿਸ ਨੇ ਸਾਰਾ ਸਿੱਖ ਧਰਮ ਹਿਲਾ ਕੇ ਰੱਖ ਦਿੱਤਾ ਅਤੇ ਸ਼ਰਮਸ਼ਾਰ ਕਰ ਦਿੱਤਾ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਨੇ ਉਹ ਉਹਨਾਂ ਨੂੰ ਪੰਥ ਤੋਂ ਛੇਕ ਦਿੱਤਾ ਅਤੇ ਕਿਸੇ ਨੂੰ ਵੀ ਮਤਲਬ ਵਰਜਿਆ ਕਿ ਕੋਈ ਵੀ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝ ਨਾ ਰੱਖੇ ਸੋ ਅੱਜ ਸਾਡੇ ਨਾਲ ਉਸ ਵਿਸ਼ੇ ਤੇ ਗੱਲ ਕਰਨ ਲਈ ਆ ਬਾਬਾ ਸੁਰਜੀਤ ਸਿੰਘ ਨੁਰਕੀ ਵਾਲੇ ਮੌਜੂਦ ਨੇ ਉਹਨਾਂ ਨਾਲ ਕਰਦੇ ਆ ਗੱਲਬਾਤ ਬਜੀ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਦੇ ਸਭ ਤੋਂ ਪਹਿਲਾਂ ਜੀ ਤੁਹਾਡੇ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸੁੱਚਾ ਸਿੰਘ ਲੰਗਾਹ ਨੂੰ ਪਹਿਲਾਂ ਤਾਂ 506 ਕਿਆ ਗਿਆ ਤੇ ਹੁਣ ਉਹਨਾਂ ਨੂੰ ਅੰਮ੍ਰਿਤ ਛਕਾਇਆ ਉਹ ਵੀ ਕਿਸੇ ਦੀ ਸਲਾਹ ਨਾਲ ਨਹੀਂ ਕੋਈ ਗੱਲਬਾਤ ਨਹੀਂ ਕੀ ਕਹੋਂਗੇ ਇਹਦੇ ਬਾਰੇ ਇਹ ਬਹੁਤ ਗਲਤ ਕੀਤਾ ਉਹ ਸੁੱਚਾ ਸਿੰਘ ਨਹੀਂ ਅਸਲ ਦੇ ਵਿੱਚ ਜਿਹੜੀ ਉਹਦੀ ਵੀਡੀਓ ਆਈ ਹੈ ਉਹ ਲੁੱਚਾ ਸਿੰਘ ਹੈ ਸਿੰਘ ਨਹੀਂ ਕਹਿਣਾ ਲੁੱਚਾ ਲੰਗਾ ਹੈ ਸੁੱਚਾ ਲੰਗਾ ਨਹੀਂ ਹੈਗਾ ਉਹ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਸੀ ਗਲਤੀਆਂ ਹਰ ਕਿਸੇ ਤੋਂ ਹੋ ਸਕਦੀਆਂ ਨੇ ਪਰ ਉਹ ਐਡਾ ਬੇਸ਼ਰਮ ਬੰਦਾ ਹੈ ਵੀਡੀਓ ਉਸੇ ਦੀ ਹੈ ਜਨਾਨੀ ਨੂੰ ਉਹਨੇ ਪੈਸੇ ਦਿੱਤੇ ਜਨਾਨੀ ਮੁੱਕਰ ਗਈ ਚਾਹੀਦਾ ਤਾਂ ਇਹ ਸੀ ਜੱਜ ਨੂੰ ਕਿ ਜਨਾਨੀ ਨੂੰ ਵੀ ਤੇ ਇਹਨੂੰ ਦੋਨਾਂ ਨੂੰ ਉਮਰ ਕੈਦ ਕਰ ਦੇ ਉਹ ਵੀਡੀਓ ਇਹੀ ਜੀ ਵੀਡੀਓ ਤਾਂ ਸਿਰਸੇ ਵਾਲੀ ਦੀ ਵੀ ਨਹੀਂ ਆਈਏ ਤਾਂ ਉਦੋਂ ਵੀ ਗਿਆ ਗੁਜਰਿਆ ਬੰਦਾ ਨਿਕਲਿਆ ਸ਼ਰੋਮਣੀ ਅਕਾਲੀ ਦਲ ਦਾ ਲੀਡਰ ਹੋਵੇ ਅਕਾਲੀ ਦਲ ਦੇ ਇਤਿਹਾਸ ਨੂੰ ਇਸ ਕੰਜਰ ਬੰਦੇ ਨੇ ਕਲੰਕਿਤ ਕੀਤਾ ਇਸ ਬੰਦੇ ਦੀ ਵੀਡੀਓ ਦਾ ਜਿਹੜਾ ਸੱਚ ਲੋਕਾਂ ਦੇ ਸਾਹਮਣੇ ਆਇਆ ਉਹ ਜਨਾਨੀ ਪੈਸੇ ਲੈ ਕੇ ਮੁੱਕਰ ਗਈ ਇਹਨੇ ਗਲਤੀ ਨਹੀਂ ਮੰਨੀ ਅਜੇ ਤੱਕ ਨਹੀਂ ਮੰਨੀ ਵੀ ਉਹ ਵੀਡੀਓ ਮੇਰੀ ਸੀ ਮੇਥੋਂ ਗਲਤੀ ਹੋਈ ਹੈ ਸਭ ਤੋਂ ਵੱਡੀ ਗਲਤੀ ਉਹਨਾਂ ਦੀ ਆ ਜਿਨ੍ਹਾਂ ਨੇ ਇਹਨੂੰ ਅਮਰਤ ਸ਼ਿਕਾਇਆ ਉਹ ਕਹਿੰਦੇ ਵੀ ਸਾਨੂੰ ਦਿਖਿਆ ਨਹੀਂ ਕੋਈ ਕੀੜੀ ਆ ਲੁਚਾ ਲੰਗਾ ਕੁਆਂਟਲ ਦਾ ਢਿੱਡੋ ਦਾ ਉਹਦੀ ਗੰਦੀ ਵੀਡੀਓ ਚ ਸਭ ਨੇ ਦੇਖਿਆ ਉਹਦੀ ਕਰਤੂਤ ਕੋਈ ਕੀੜੀ ਨਹੀਂ ਜਾਣ ਬੁੱਝ ਕੇ ਅਮਰਤ ਸ਼ਿਕਾਇਆ ਉਹ ਸੁਪਨੇ ਲੈਂਦਾ ਫਿਰਦਾ ਵੀ 2022 ਚ ਮੈਂ ਚੋਣਾ ਲੜੂ ਜਿਹੜੀ ਵੀ ਪਾਰਟੀ ਚੋਂ ਜਾਊਗਾ ਉਹ ਪਾਰਟੀ ਦਾ ਬੇੜਾ ਕਰਕ ਕਰੂਗਾ ਸ਼੍ਰੋਮਣੀ ਕਾਲੀ ਦਰ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆਂ ਵੀ ਪਹਿਲੀ ਬਹੁਤ ਗਰਾਫ ਤੁਹਾਡਾ ਡਿੱਗਿਆ ਪਿਆ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਮੂੰਹ ਲਾਓਗੇ ਤੇ ਉਦੋਂ ਵੀ ਬੇੜਾ ਗਰਕ ਹੋ ਜਾਣਾ ਹੈ ਨਹੀਂ ਵੈਸੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਗੱਲਬਾਤ ਪੂਰੀ ਮਿਲ ਜੁਲ ਕੇ ਹੋਈ ਆ ਕੋਈ ਐਨ ਵੀ ਅਚਾਨਕੇ ਹੋ ਗਿਆ ਜਿਵੇਂ ਕਹਿ ਰਹੇ ਨੇ ਵੀ ਸਾਨੂੰ ਤਾਂ ਪਤਾ ਨਹੀਂ ਲੱਗਿਆ ਜੀ ਅਮਰਤ ਸ਼ਕਾਇਆ ਦੀ ਇਹਦੀ ਪਲੈਨਿੰਗ ਬਹੁਤ ਤਕੜੀ ਆ ਜਿਹੜੇ ਪੰਜ ਪਿਆਰੇ ਨੇ ਅਮਰਤ ਸ਼ਕਾਇਆ ਉਹਨਾਂ ਨੂੰ ਵੀ ਅਕਾਲ ਤਖਤ ਸਖਤ ਸਜ਼ਾ ਲਾਵੇ ਤੁਹਾਨੂੰ ਅਸੀਂ ਪਹਿਲਾਂ ਕਹਿ ਚੁੱਕੇ ਆ ਵੀ ਕੋਈ ਕੀੜੀ ਥੋੜਾ ਉਹ ਲੰਗਾ ਵੀ ਆ ਕੇ ਉਹ ਕਹਿੰਦੇ ਨੇ ਇਹ ਝੂਠ ਦਾ ਪਲੰਦਾ ਬਣਾਇਆ ਜਾ ਰਿਹਾ ਹੈ ਮਿਲ ਜੁਲ ਕੇ ਹੋਇਆ ਸਾਰਾ ਕੰਮ ਸਾਜ਼ਿਸ਼ ਦੇ ਅਧੀਨ ਹੋਇਆ ਕਿ ਉਹਨੂੰ ਦੁਬਾਰੇ ਇਲੈਕਸ਼ਨ ਲੜਾਈ ਜਾਵੇ ਅਸੀਂ ਤਾਂ ਗਰਦਾਸਪੁਰ ਦੀਆਂ ਸੰਗਤਾਂ ਨੂੰ ਤੁਹਾਡੇ ਚੈਨਲ ਜਰੀਏ ਕਹਾਂਗੇ ਵੀ ਵੋਟਾਂ ਤਾਂ ਦੂਰ ਦੀ ਗੱਲ ਇਹਦੇ ਛੱਤਰਫੇਰੋ ਜਿੱਥੇ ਮਿਲਦਾ ਇਹ ਇਹਨਾਂ ਲੋਕਾਂ ਨੇ ਮਜ਼ਾਕ ਬਣਾ ਛੱਡਿਆ ਇਹ ਰਾਜਨੀਤਿਕ ਜੇ ਲੋਕਾਂ ਨੇ ਕਦੇ ਗੁਟਕਿਆਂ ਦੀਆਂ ਸਹੂਆਂ ਖਾਂਦੇ ਨੇ ਕਦੇ ਅਕਾਲ ਤਖਤ ਤੇ ਜਾ ਕੇ ਘਰ ਦਾ ਹੀ ਰਾਜ ਬਣਾ ਛੱਡਿਆ ਇਹਦੇ ਜੁੱਤੀ ਫੇਰੋ ਜਿੱਥੇ ਵੀ ਮਿਲਦਾ ਹੈ ਗਰਦਾਸਪੁਰ ਦੀਆਂ ਸੰਗਤਾਂ ਨੂੰ ਇਹ ਬੇਨਤੀ ਆ ਵੋਟ ਪੋਣੀ ਤਾਂ ਦੂਰ ਦੀ ਗੱਲ ਇਹ ਅਕਾਲ ਤਖਤ ਨੂੰ ਚੈਲੰਜ ਕੀਤਾ ਹੈ ਨੇ ਅਕਾਲ ਤਖਤ ਦੀ ਸਰਵਉੱਚਤਾ ਨੂੰ ਨਹੀਂ ਵੱਡਾ ਚੈਲੰਜ ਕੀਤਾ ਤੇ ਤੁਹਾਨੂੰ ਲੱਗਦਾ ਵੀ ਜਥੇਦਾਰ ਭਾਈ ਸਾਹਿਬ ਐਕਸ਼ਨ ਲੈਣ ਵੱਡਾ ਗਿਆਨੀ ਹਰਪ੍ਰੀਤ ਸਿੰਘ ਬੜੇ ਪੜੇ ਲਿਖੇ ਸੁਲਝੇ ਹੋਏ ਜਥੇਦਾਰ ਨੇ ਉਹਨਾਂ ਨੂੰ ਉਹਨਾਂ ਪੰਜੇ ਪਿਆਰਿਆਂ ਤੇ ਵੀ ਸਖਤ ਐਕਸ਼ਨ ਲੈਣਾ ਚਾਹੀਦਾ ਤੇ ਇਹਦੇ ਤੇ ਵੀ ਸਖਤ ਇਹਨੂੰ ਬੰਨ ਕੇ ਉੱਥੇ ਦੇ ਜੁੱਤ ਫੇਰਿਆ ਜਾਵੇ ਜਿਵੇਂ ਅਕਾਲੀ ਬਾਬਾ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਮੋਹਰਾਂ ਦਾ ਨਾਚ ਦੇਖਿਆ ਕਿੰਨੀ ਸਜ਼ਾ ਦਿੱਤੀ ਕੋਰੜੇ ਮਾਰੇ ਇਹਦੀ ਤਾਂ ਸ਼ਰਿਆਮ ਵੀਡੀਓ ਆਈ ਹੈ ਗਲਤੀ ਕਿਸੇ ਤੋਂ ਵੀ ਹੋ ਸਕਦੀ ਆ ਪਰ ਇਹ ਐਡਾ ਝੂਠਾ ਮਕਾਰ ਬੰਦਾ ਇਹਨੇ ਮੰਨਿਆ ਤੱਕ ਨਹੀਂ ਵੀ ਮੇਰੀ ਆ ਉਹ ਜਨਾਨੀ ਨੂੰ ਪੈਸੇ ਦੇ ਕੇ ਮਕਰਾਤਾ ਇਹਨੇ ਐਸਜੀਪੀਸੀ ਮੈਂਬਰ ਉਹਨਾਂ ਨਾਲ ਸੀ ਉੱਥੇ ਵਾਲੇ ਤੇ ਕੀ ਕਹੋਗੇ ਵੀ ਐਸਜੀਪੀਸੀ ਮੈਂਬਰ ਨੂੰ ਵੀ ਪੰਕ ਨਹੀਂ ਕਰਨਾ ਚਾਹੀਦਾ ਹੁਣ ਬਰਖਾਸਤ ਨਹੀਂ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਜੁੱਤੀਆਂ ਐਸਜੀਪੀਸੀ ਮੈਂਬਰ ਦੇ ਵੀ ਵੱਜਣੀਆਂ ਚਾਹੀਦੀਆਂ ਨੇ ਨਾਲੇ ਜਿਨ੍ਹਾਂ ਨੇ ਅੰਮ੍ਰਿਤ ਛਕਾਇਆ ਉਹਨਾਂ ਦੇ ਵੀ ਮਾਰੋ ਬਿਲਕੁਲ ਇਸ ਲੰਗਾਹ ਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲੂ ਰਾਣੂ ਵੀ ਅਸੀਂ ਕਹਿਣਾ ਚਾਹੁੰਦੇ ਆਂ ਵੀ ਸਖਤ ਤੋਂ ਸਖਤ ਕਾਰਸ਼ਨ ਲਓ ਇੱਕ ਮੱਝ ਲਿਬਰੀ ਸਾਰਿਆਂ ਨੂੰ ਲਵੇੜ ਦੂ ਜਿਹੜੀ ਵੀ ਪਾਰਟੀ 'ਚ ਜਾਊਗਾ ਤੁਹਾਡੇ ਚੈਨਲ ਜਰੀਏ ਅਸੀਂ ਕਹਿੰਨੇ ਆ ਇਹ ਪਲੈਨਿੰਗ ਕਰਦਾ 2022 ਦੀ ਉਹ ਪਾਰਟੀ ਦਾ ਇਹਨੇ ਬੇੜਾ ਗਰਕ ਕਰਨਾ ਹੈ ਹਾਂਜੀ ਵੈਸੇ ਸੁਖਵੀਰ ਸਿੰਘ ਬਾਦਲ ਦਾ ਹਜੇ ਕੋਈ ਬਿਆਨ ਨਹੀਂ ਆਇਆ ਤੁਹਾਨੂੰ ਲੱਗਦਾ ਵੀ ਸੁਖਵੀਰ ਬਾਦਲ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵੀ ਉਹ ਵੀ ਇੱਥੇ ਸਖਤ ਕਾਰਵਾਈ ਕਰਨ ਚੰਗੀ ਗੱਲ ਹੈ ਜੇ ਸਖਤ ਕਾਰਵਾਈ ਸੁਖਵੀਰ ਬਾਦਲ ਨੇ ਨਾ ਕੀਤੀ ਪਹਿਲਾਂ 14 ਸ਼ੀਟਾਂ ਆਈਆਂ ਨੇ ਹੁਣ 14 ਬਣੀ ਆਉਣੀਆਂ ਉਹ ਪਹਿਲੇ ਹੀ ਗਰਾਫ ਬਹੁਤ ਡਿੱਗਿਆ ਪਿਆ ਅਕਾਲੀ ਦਲ ਦਾ ਜੇ ਇਦਾਂ ਦੇ ਗੰਦੇ ਬੰਦਿਆਂ ਨੂੰ ਤੁਸੀਂ ਸ਼ਾਮਲ ਕਰੋਗੇ ਤਾਂ ਇਸ ਤੋਂ ਵੀ ਮਾੜਾ ਹਾਲ ਹੋਊਗਾ 2022 ਚ ਭਾਈ ਗੋਵਿੰਦ ਸਿੰਘ ਲੋਂਗੋ ਵਾਲਾ ਉਹਨਾਂ ਨੇ ਕੋਈ ਮਤਲਬ ਵੈਸੇ ਬਰਖਾਸਤ ਕਰੇ ਨੇ ਉਹਨਾਂ ਨੇ ਸਸਪੈਂਡ ਕਰੇ ਨੇ ਤੇ ਹੋਰ ਤੁਸੀਂ ਕਾਰਵਾਈ ਕੀ ਚਾਹੁੰਦੇ ਹੋ ਬਿਲਕੁਲ ਅਸੀਂ ਤਾਂ ਇਹ ਕਾਰਵਾਈ ਚਾਹੁੰਦੇ ਆ ਵੀ ਇਹਨੂੰ ਮਿਸਾਲੀ ਸਜ਼ਾ ਦਿਓ ਇਹ ਹੁੰਦਾ ਕੌਣ ਹੈ ਅਕਾਲ ਤਖਤ ਦੀ ਸਰਵਉੱਚਤਾ ਨੂੰ ਚੈਲੰਜ ਕਰਨ ਵਾਲਾ ਜਾ ਉਹ ਪੰਜ ਪਿਆਰੇ ਕੌਣ ਹੁੰਦੇ ਨੇ ਅਕਾਲ ਤਖਤ ਦੀ ਜਦੋਂ ਅਕਾਲ ਤਖਤ ਤੋਂ ਛੇਕਿਆ ਹੋਇਆ ਰੋਟੀ ਤੇ ਬੇਟੀ ਦੀ ਇਹਦੇ ਨਾਲ ਸਾਝ ਨਹੀਂ ਰੱਖਣੀ ਉਹ ਹੁੰਦੇ ਕੌਣ ਨੇ ਇਹਨੂੰ ਕੱਲ ਨੂੰ ਸਿਰਸੇ ਆਲਾ ਆ ਕੇ ਖੜ ਜੂਗਾ ਫਿਰ ਕਹਦਣ ਕਿ ਸਾਨੂੰ ਤਾਂ ਪਤਾ ਨਹੀਂ ਲੱਗਿਆ ਜੀ ਅਸੀਂ ਸਿਰਸੇ ਵਾਲੇ ਨੂੰ ਅਮਰਤ ਸ਼ਕਾਤ ਆ ਇਹ ਲੋਕ ਹੁੰਦੇ ਕੌਣ ਨੇ ਅਕਾਲ ਤਖਤ ਦੀ ਸਰਵਉੱਚਤਾ ਨੂੰ ਚੈਲੰਜ ਕਰਨ ਵਾਲੇ ਇਹ ਅਕਾਲ ਤਖਤ ਤੇ ਇਸ ਇਹ ਬੰਦਾ ਉੱਥੇ ਦੱਸੇ ਵੀ ਇਹ ਮੇਰੀ ਕਰਤੂਤ ਹੈ ਮੇਰੀ ਵੀਡੀਓ ਹੈ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਆਪਣੇ ਤੋਂ ਵੀ ਹੋ ਸਕਦੀ ਹੈ ਗੁਰਬਾਣੀ ਦਾ ਬਚਨ ਹੈ ਅਜੋਸੋ ਨਾਉ ਸਮੁੰਦਮ ਕਿਆ ਜਾਣੋ ਕਿਆ ਹੋਈ ਅਜੇ ਸਮੁੰਦਰ ਚਾ ਜੀਵਨ ਰੂਪੀ ਬੇੜਾ ਖੋ ਸਕਦਾ ਕੱਲ ਨੂੰ ਆਪਣੇ ਨਾਲ ਕਿਦਾਂ ਦੀ ਹੈਪਨ ਵਾਪਰ ਜਾਵੇ ਕਲਯੁਗ ਦਾ ਸਮਾਂ ਪਰ ਬੰਦਾ ਗਲਤੀ ਕਰਕੇ ਫਿਰ ਗਲਤੀ ਮੰਨੇ ਨਾ ਐਦੂੰ ਵੱਧ ਬੇਸ਼ਰਮ ਬੰਦਾ ਕੌਣ ਹੈ ਇਹਨੇ ਜਨਾਨੀ ਪੈਸੇ ਦੇ ਕਿ ਮਕਰਾਈ ਹੈ ਉਹ ਵੀਡੀਓ ਏਸੇ ਦੀ ਹੈ ਅਕਾਲ ਤਖਤ ਦੇ ਜਥੇਦਾਰ ਜਾਂਚ ਕਰਾਉਣ ਇਹ ਬੰਦੇ ਨੂੰ ਅਸੀਂ ਤਾਂ ਕਦੇ ਪੰਚ ਚ ਸ਼ਾਮਲ ਨਾ ਕੀਤਾ ਜਾਵੇ ਇਹ ਐਂ ਦੁਨੀਆ ਤੋਂ ਜਾਵੇ ਹੋਰਾਂ ਨੂੰ ਵੀ ਅਕਲ ਆ ਜਾਏ ਫਿਰ ਤੁਹਾਨੂੰ ਨਹੀਂ ਲੱਗਦਾ ਸਰਸੇ ਵਾਲੇ ਨੂੰ ਮਾਫੀ ਦਿੱਤੀ ਗਈ ਸੀ ਹੁਣ ਇਹਨੂੰ ਵੀ ਮਾਫੀ ਦੇਣ ਦੀ ਪਲਾਨ ਕਰ ਬਿਨਾ ਮੰਗੀ ਜਿਹੜੀ ਸਰਸੇ ਵਾਲੇ ਨੂੰ ਮਾਫੀ ਦਿੱਤੀ ਗਈ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਮਹਿੰਗੀ ਪਈ 2017 ਚ 14 ਸ਼ੀਟਾਂ ਆਈਆਂ ਤੇ ਇਹਦੀ ਤਾਂ ਉਦੋਂ ਵੀ ਗੰਦੀ ਵੀਡੀਓ ਆਈ ਐ ਤੇ ਹੁਣ ਚਾਰ ਬਣੀ ਆਉਣੀ ਆ ਫਿਰ ਜੇ ਇਹਨੂੰ ਮਾਫੀ ਦੇਤੀ ਬਿਲਕੁਲ ਵੇੜੇ ਹੀ ਕਰਕੇ ਤੁਹਾਨੂੰ ਕਹਿ ਦਤਾ ਵੀ ਆਲਰੇਡੀ ਅਸੀਂ ਕਹਿ ਚੁੱਕੇ ਆਂ ਵੀ ਜਿੱਥੇ ਜਾਊ ਇੱਕ ਮੱਝ ਲਿਬੜੀ ਸਾਰਿਆਂ ਨੂੰ ਲਵੇੜੂ ਵੇੜਾ ਗਰਕ ਕਰੂ ਜਿਹੜੀ ਵੀ ਪਾਰਟੀ 'ਚ ਜਾਊਗਾ ਸਰਸੇ ਵਾਲੇ ਨੂੰ ਮਾਫੀ ਤੇ ਸੁਖਦੇਵ ਢੀਂਸਾ ਨੇ ਪਾਰਟੀ ਵੱਖਰੀ ਬਣਾ ਲਈ ਤੁਹਾਨੂੰ ਪਤਾ ਹੀ ਐ ਤੁਹਾਨੂੰ ਨਹੀਂ ਲੱਗਦਾ ਵੀ ਵੱਡੀ ਢਾਹ ਲੱਗੀ ਸ਼ਰਮਣੀ ਕਾਲੀ ਤੁਹਾਨੂੰ ਬਹੁਤ ਵੱਡੀ ਬਹੁਤ ਵੱਡੀ ਢਾਹ ਲੱਗੀ ਬੜਾ ਵੱਡਾ ਗਰਾਫ ਡਿੱਗਿਆ ਉਹਨੂੰ ਮਾਫੀ ਦੇਣ ਦੇ ਨਾਲ ਅਬ ਪਛਤਾਇਆ ਕੀ ਹੋਤ ਹੈ ਜਬ ਚਿੜੀਆ ਚੁਗ ਗਈ ਖੇਤ ਹੁਣ ਪਛਤਾਏ ਤੋਂ ਕੀ ਬਣਦਾ 2017 ਚ ਕਿੰਨਾ ਮਾੜਾ ਹਾਲ ਹੋਇਆ ਅਕਾਲੀ ਦਲ ਚ ਫੁੱਟ ਪੈ ਗਈ ਇਹ ਸਾਰਾ ਉਸ ਮਾਫੀ ਦੀ ਨਤੀਜਾ ਹਨ ਪਰ ਇਹ ਲੁੱਚੇ ਲੰਘਾੜੀ ਤਾਂ ਉਦੋਂ ਮਾੜੀ ਮੂਵੀ ਆਈ ਆ ਇਹ ਇਹ ਤਾਂ ਬਿਲਕੁਲ ਹੀ ਮਾਫੀ ਦੇ ਲਾਇਕ ਨਹੀਂ ਤੁਸੀਂ ਕੀ ਮੰਗ ਕਰਦੇ ਹੋ ਵੀ ਕੀ ਕਾਰਵਾਈ ਹੋਵੇ ਹੁਣ ਕਿੰਨੀ ਕੁ ਸਖਤ ਕਾਰਵਾਈ ਹੋਵੇ ਸੁੱਚਾ ਸਿੰਘ ਲੰਘਾ ਵਿਰੁੱਧ ਅਸੀਂ ਤਾਂ ਜੁੱਤੀ ਫੇਰੋ ਇਹਦੇ ਅਸੀਂ ਤਾਂ ਇਹ ਕਾਰਵਾਈ ਕਰਦੇ ਆ ਮੰਗ ਕਰਦੇ ਆ ਵੀ ਅਕਾਲ ਤਖਤ ਤੇ ਸੱਦ ਕੇ ਜੇ ਕੋਈ ਸਾਡੇ ਵਰਗਾ ਹੀ ਜੀ ਕਰਤੂਤ ਕਰਦਾ ਸਾਡੇ ਵੀ ਛੱਤਰ ਮਾਰੋ ਜਿਹੜਾ ਵੀ ਕਰਦਾ ਜਿਵੇਂ ਅਕਾਲੀ ਬਾਬਾ ਫੂਲਾ ਸਿੰਘ ਨੇ ਸਜ਼ਾ ਦਿੱਤੀ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਇਸੇ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਇਹਦੇ ਜੁੱਤੀ ਫੇਰਨ ਕਾਲ ਤਖਤ ਤੇ ਸੀ ਤਾਂ ਇਹ ਮੰਗ ਕਰਦੇ ਆ ਕਿਉਂਕਿ ਡੰਡਾ ਜਿਹੜਾ بگੜਿਆ ਤਿਗੜਿਆ ਦਾ ਗੁਰੂ ਆ ਇਦਾਂ ਦੇ ਲੋਕ ਛੱਤਰ ਬਿਨਾਂ ਠੀਕ ਨਹੀਂ ਆਇਆ ਕਰਦੇ ਹਾਂ ਸੋ ਇਹ ਸਨ ਬਾਬਾ ਸਰਜੀਤ ਸਿੰਘ ਖਨੜਕੀ ਵਾਲੇ ਜਿਨ੍ਹਾਂ ਨੇ ਗੱਲਬਾਤ ਕੀਤੀ ਆ ਕਿ ਸੁੱਚਾ ਸਿੰਘ ਲੰਗਾ ਨੂੰ ਕਿਸੇ ਵੀ ਪਾਰਟੀ 'ਚ ਸ਼ਾਮਲ ਨਾ ਕੀਤਾ ਜਾਵੇ ਅਤੇ ਸੁਖਵੀਰ ਬਾਦਲ ਵੀ ਇਸ ਵਿੱਚ ਅੱਗੇ ਆ ਕੇ ਉਹਨਾਂ 'ਤੇ ਸਖਤ ਕਾਰਵਾਈ ਕਰਵਾਉਣਾ ਅਤੇ ਗੋਵਿੰਦ ਸਿੰਘ ਲੋਂਗੋਵਾਲ ਵੀ ਉਹਨਾਂ 'ਤੇ ਸਖਤ ਕਾਰਵਾਈ ਕਰਨ ਜਿਨ੍ਹਾਂ ਨੇ ਅੰਮ੍ਰਿਤ ਛਕਾਉਣ ਦੀ ਕੋਸ਼ਿਸ਼ ਕਰੀਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਆ ਨਾਬਾ ਤੋਂ ਅਮਨਦੀਪ ਸਿੰਘ ਮੱਝਾ ਪੰਜਾਬੀ ਲੋਕ ਚੈਨਲ